ਕਾਜੂ ਆ ਹੈਗੇ ਜੀ, ਮਗਜ ਫੁੱਲ ਜੀ, ਆਹ ਸੌਂਫ ਹੈ, ਆਹ ਹੈਗੀ ਜੀ ਖਸਖਸ, ਛੋਟੀ ਇਲਾਚੀ ਜੀ, ਬਦਾਮ ਪੰਜਾਬ ਦੇ ਵਿੱਚ ਸ਼ਰਦਈ ਨੂੰ ਇੱਕ ਚੰਗੀ ਚੀਜ਼ ਮੰਨਿਆ ਜਾਂਦਾ ਹੈ ਕਿਉਂਕਿ ਉਹ ਸਿਹਤ ਦੇ ਲਈ ਚੰਗੀ ਹੁੰਦੀ ਹੈ, ਤਾਂ ਪੰਜਾਬ ਦੇ ਲੋਕ ਉਸ ਨੂੰ ਜ਼ਿਆਦਾਤਰ ਪੀਣਾ ਜਿਹੜਾ ਪਸੰਦ ਕਰਦੇ ਨੇ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲੁਧਿਆਣਾ ਦੀਆਂ ਸੜਕਾਂ ਦੇ ਉੱਤੇ ਵੱਖ ਵੱਖ ਜਗ੍ਹਾ 'ਤੇ ਸ਼ਰਦਈ ਜਿਹੜੀ ਆ ਲਗਾ ਕੇ ਜ਼ਰੂਰ ਵੇਚੀ ਜਾ ਰਹੀ ਹੈ, ਪਰ ਇੱਕ ਅਜਿਹੇ ਸ਼ਖਸ ਨੇ ਜਿਨ੍ਹਾਂ ਦੇ ਵੱਲੋਂ ਨਸ਼ਾ ਮੁਕਤ ਪੰਜਾਬ ਦਾ ਨਾਰਾ ਵੀ ਦਿੱਤਾ ਗਿਆ, ਤਾਂ ਇਸ ਦੇ ਨਾਲ ਨਾਲ ਜਿਹੜੇ 5 ਤੋਂ 7 ਸਾਲ ਤੱਕ ਦੇ ਬੱਚੇ ਨੇ ਉਹਨਾਂ ਨੂੰ ਇਹ ਸ਼ਰਦਈ ਫ੍ਰੀ ਪਿਆਈ ਜਾਂਦੀ ਹੈ। ਮਕਸਦ ਹੈ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੋੜਨਾ, ਤਾਂ ਦੂਸਰਾ ਜਿਹੜਾ ਲੋਕਾਂ ਨੂੰ ਨਸ਼ਾ ਮੁਕਤ ਜਿਹੜਾ ਕਰਨਾ, ਤਾਂ ਨਸ਼ਾ ਮੁਕਤ ਪੰਜਾਬ ਦਾ ਨਾਰਾ ਲੈ ਕੇ ਚੱਲੇ ਨੇ। ਦੂਸਰੇ ਪਾਸੇ ਆਪਣੇ ਜਿਹੜੇ ਬੱਚਿਆਂ ਤੋਂ ਇਲਾਵਾ ਲੋਕਾਂ ਨੂੰ ਵੀ ਇੱਕ ਸੁਨੇਹਾ ਦੇ ਰਹੇ ਨੇ, ਔਰ ਕਿਹਾ ਜਾ ਰਿਹਾ ਕਿ ਇਹ ਚੰਗੀ ਚੀਜ਼ ਹੈ, ਇਸ ਦੇ ਵਿੱਚ ਕਾਜੂ, ਬਦਾਮ, ਮਗਜ, ਖਸਖਸ ਅਤੇ ਸੌਂਫ ਤੋਂ ਇਲਾਵਾ ਜਿਹੜੀ ਗੁਲਾਬ ਦਾ ਇਸਤੇਮਾਲ ਹੁੰਦਾ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜਾ ਸਕਦੀਆਂ ਨੇ, ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ। ਸਾਡੇ ਨਾਲ ਬਜ਼ੁਰਗ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅੰਕਲ ਜੀ, ਸਭ ਤੋਂ ਪਹਿਲਾਂ ਸ਼ਰਦਈ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਵੇਚ ਰਹੇ ਹੋ? ਅਸੀਂ ਜੀ ਕੁਝ ਕੁ ਦਿਨਾਂ ਤੋਂ ਹੀ ਇੱਥੇ ਸ਼ਰਦਈ ਵੇਚ ਰਹੇ ਹਾਂ, ਜਿਵੇਂ 15 ਕੁ ਦਿਨ ਹੋਏ ਆ ਸਾਨੂੰ ਵੇਚਦੇ ਹਾਂ, ਅਤੇ ਸਾਨੂੰ ਕਾਫ਼ੀ ਸੰਗਤਾਂ ਵੱਲੋਂ ਰਿਸਪੋਂਸ ਮਿਲਦਾ ਆ ਜੀ। ਸਾਡੇ 60-65 ਗਾਹਕ ਤਾਂ ਜੀ ਪੱਕੇ ਹੋ ਗਏ ਆ, ਜਿਹੜੇ ਰੋਜ਼ ਸਾਡੇ ਕੋਲ ਪੀਣ ਆਉਂਦੇ ਆ। ਔਰ ਕਈਆਂ ਨੇ ਸਾਨੂੰ ਇਹ ਵੀ ਕਿਹਾ ਵੀ ਬਾਬਾ ਜੀ ਜਦੋਂ ਦੇ ਅਸੀਂ ਤੁਹਾਡੇ ਕੋਲ 10 ਕੁ ਦਿਨ ਹੋ ਗਿਆ ਪੀਂਦਿਆਂ ਨੂੰ, ਅਤੇ ਸਾਡੀ BP ਦੀ ਜਿਹੜੀ ਸਮੱਸਿਆ ਹੈ ਉਹ ਨੋਰਮਲ ਹੋ ਗਈ ਹੈ, ਹੁਣ ਅਸੀਂ BP ਦੀ ਗੋਲੀ ਨਹੀਂ ਖਾਂਦੇ। ਔਰ ਇਹਦਾ ਅਸਰ ਮੇਰੀ ਸਿਹਤ 'ਤੇ ਵੀ ਇੱਦਾਂ ਹੀ ਹੋਇਆ, ਮੇਰੀ ਵੀ BP ਦੀ ਗੋਲੀ ਜਿਹੜੀ ਉਹ ਬੰਦ ਹੋ ਗਈ ਹੈ, ਤਕਰੀਬਨ 7-8 ਦਿਨ ਹੋ ਗਏ ਮੈਂ ਵੀ ਨਹੀਂ ਗੋਲੀ ਖਾਧੀ। ਅਤੇ ਕਾਫ਼ੀ ਇਹਦੇ ਬਹੁਤ ਅੱਛੇ ਗੁਣ ਨੇ ਜੀ, ਇਹਨਾਂ ਦੇ ਗੁਣਾਂ ਨੂੰ ਤਾਂ ਆਪਾਂ ਬਿਆਨ ਨਹੀਂ ਕਰ ਸਕਦੇ। ਜਿਵੇਂ ਸਾਡੇ ਪੰਜਾਬ ਅੰਦਰ ਪ੍ਰਾਚੀਨ ਲੋਕ ਸੀਗੇ, ਉਹ ਗਿਆਨੀ ਲੋਕ ਬਹੁਤ ਸੀਗੇ, ਭਾਵੇਂ ਪੜ੍ਹੇ ਲਿਖੇ ਘੱਟ ਸੀਗੇ, ਅਤੇ ਲੇਕਿਨ ਉਹਨਾਂ ਦੀ ਸਮਝ ਬੜੀ ਜ਼ਿਆਦਾ ਸੀਗੀ। ਉਹ ਲੋਕ ਜਿਵੇਂ ਗਰਮੀ ਜ਼ਿਆਦਾ ਪੈਂਦੀ ਸੀ ਸਾਡੇ ਪੰਜਾਬ ਅੰਦਰ, ਇੱਕ ਤਾਂ ਇਹ ਗਰਮੀ ਤੋਂ ਰਾਹਤ ਆ, ਦੂਜੀ ਸਾਡੀ ਆਈਜ਼ ਵਾਸਤੇ ਅਤੇ ਬ੍ਰੇਨ ਵਾਸਤੇ ਇੱਕ ਬਹੁਤ ਹੀ ਬਿਹਤਰੀਨ ਇੱਕ ਟੋਨਿਕ ਆਪਾਂ ਕਹਿ ਸਕਦੇ ਹਾਂ। ਸਾਡੀ ਹੈਲਥ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਜੀ, ਸਾਡੇ ਜੋੜਾਂ ਵਾਸਤੇ, ਕਮਰ ਦੇ ਦਰਦ, ਗੋਡਿਆਂ ਦੇ ਦਰਦ ਜੀ ਸਾਰੇ ਇਹਦੇ ਨਾਲ ਠੀਕ ਹੁੰਦੇ ਆ। ਅਤੇ ਜਿਵੇਂ ਇਹਦੇ ਵਿੱਚ ਆਹ ਮਗਜ ਪਾਏ ਜਾਂਦੇ ਆ ਜੀ, ਬੜੀ ਵਧੀਆ ਚੀਜ਼ ਆ। ਸੌਂਫ ਜਿਹੜੀ ਹੈ ਬੇਸ਼ੁਮਾਰ ਕੀਮਤੀ ਇੱਕ ਮੈਡੀਸਨ ਕਹਿ ਸਕਦੇ ਆਪਾਂ ਨੂੰ, ਆਹ ਕਾਜੂ, ਬਦਾਮ ਇਹ ਜਦੋਂ ਇਹਦੇ ਵਿੱਚ ਪੈਂਦੇ ਆ, ਇਹ ਸਾਡੀ ਹੈਲਥ ਇਹਦੇ ਨਾਲ ਜੀ ਬਹੁਤ ਚੰਗੀ ਹੁੰਦੀ ਹੈ। ਅਤੇ ਜਿੱਥੇ ਇਹਨੂੰ ਜੇ ਆਪਾਂ ਸਿੱਖ ਪਰੰਪਰਾ ਦੀ ਗੱਲ ਕਰੀਏ ਨਾ ਜੀ, ਆਹ ਗੁਲਾਬ ਆ ਜੀ, ਅਤੇ ਆਹ ਖਸਖਸ ਆ। ਜਿਵੇਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ, ਉਹਨਾਂ ਅੰਦਰ ਹਰ ਰੋਜ਼ ਦਲਾਂ ਅੰਦਰ 2 ਟਾਈਮ ਸ਼ਰਦਾਈ ਬਣਾਈ ਜਾਂਦੀ ਹੈ ਵੀਰ ਜੀ, ਅਤੇ ਸਵੇਰੇ ਸ਼ਾਮੀ ਰਗੜੇ ਲਾਏ ਜਾਂਦੇ ਆ, ਅਤੇ ਸੰਗਤਾਂ ਛਕਦੀਆਂ ਨੇ ਜੀ। ਇਹ ਹੈਲਥ ਵਾਸਤੇ ਚੰਗੀ ਚੀਜ਼ ਹੈ, ਦਿਮਾਗ ਵਾਸਤੇ ਚੰਗੀ ਚੀਜ਼ ਹੈ, ਆਈਜ਼ ਵਾਸਤੇ ਬਹੁਤ ਵਧੀਆ ਚੀਜ਼ ਹੈ। ਮਨ 'ਚ ਵਿਚਾਰ ਕਿਵੇਂ ਆਇਆ ਤੁਹਾਡੇ ਇੱਕ ਨਸ਼ਾ ਮੁਕਤ ਪੰਜਾਬ ਦਾ ਨਾਰਾ ਲੈ ਕੇ ਚੱਲਿਆ? ਇਹ ਅਸੀਂ ਜੀ ਜਿਵੇਂ ਮਹਿਸੂਸ ਕਰਦੇ ਹਾਂ ਹਰ ਰੋਜ਼ ਪੰਜਾਬ ਅੰਦਰ, ਹੁਣ ਥੋੜ੍ਹਾ ਜਿਹਾ ਨਸ਼ੇ ਦਾ ਫਰਕ ਪਿਆ ਜੀ, ਤਕਰੀਬਨ 1 ਸਾਲ ਹੋ ਗਿਆ ਜੀ, ਜਿਵੇਂ ਇੱਕ ਨਵਾਂ ਟ੍ਰੈਂਡ ਚੱਲਿਆ ਪੰਜਾਬ ਦੇ ਲੋਕਾਂ ਨੂੰ, ਇੱਕ ਵਧੀਆ ਇੱਕ ਬਿਹਤਰੀਨ ਇੱਕ ਡਰਿੰਕ ਮਿਲ ਗਿਆ ਜੀ, ਜਿਹਦੇ ਨਾਲ ਉਹਨਾਂ ਦੀ ਸਿਹਤ ਵੀ ਠੀਕ ਹੋਣੀ ਸ਼ੁਰੂ ਹੋਈ ਹੈ, ਅਤੇ ਲੋਕ ਆਪਣੀ ਇਫੈਕਟ ਵੀ ਦੱਸਦੇ ਆ। ਪ੍ਰਾਚੀਨ ਸਮੇਂ ਦੇ ਅੰਦਰ ਲੋਕ ਘਰਾਂ 'ਚ ਬਣਾ ਕੇ ਗਰਮੀ ਤੋਂ ਰਾਹਤ ਲੈਣ ਵਾਸਤੇ ਵੀ, ਅਤੇ ਸਰੀਰ ਦੀ ਐਨਰਜੀ ਵਾਸਤੇ ਭਲਵਾਨ ਵੀ ਪੀਂਦੇ ਹੁੰਦੇ ਸੀ, ਉਹ ਸਦਾ ਹੀ ਪੀਂਦੇ ਰਹਿੰਦੇ ਸੀਗੇ, ਕਿਉਂਕਿ ਚੰਗੀਆਂ ਚੀਜ਼ਾਂ ਨੇ, ਸਰੀਰ ਨੂੰ ਸ਼ਕਤੀ ਦਿੰਦੀਆਂ ਨੇ, ਪਾਵਰ ਦਿੰਦੀਆਂ ਨੇ ਜੀ। ਸਭ ਤੋਂ ਵੱਡੀ ਗੱਲ ਇੱਕ ਇਹ ਵੀ ਸੁਣਨ ਨੂੰ ਆਈ ਹੈ ਕਿ ਤੁਸੀਂ ਛੋਟੇ ਬੱਚਿਆਂ ਵਾਸਤੇ ਫ੍ਰੀ ਦੇ ਵਿੱਚ ਸ਼ਰਦਾਈ ਦਾ ਲੰਗਰ ਤੁਸੀਂ ਕਿਹਾ ਉਹਨਾਂ ਵਾਸਤੇ, ਇਹ ਮਤਲਬ ਕੀ ਮਕਸਦ ਹੈ? ਇਹ ਜਿਹੜੇ ਬੱਚੇ ਗੁਰਬਾਣੀ ਦਾ ਸਾਨੂੰ ਪਾਠ ਸੁਣਾਉਣਗੇ ਜਾਂ ਗੁਰਬਾਣੀ ਦਾ ਸ਼ਬਦ ਕੰਠ ਸੁਣਾਉਣਗੇ, 5 ਤੋਂ 7 ਸਾਲ ਦੇ ਜਿਹੜੇ ਛੋਟੇ ਬੱਚੇ ਆ, ਉਹਨਾਂ ਨੂੰ ਅਸੀਂ ਫ੍ਰੀ ਪਿਆਵਾਂਗੇ। ਫ੍ਰੀ ਪਿਆਵਾਂਗੇ ਹਾਂਜੀ, ਮਤਲਬ ਗੁਰੂ ਸਾਹਿਬ ਦੀ ਬਾਣੀ ਨਾਲ ਵੀ ਜੋੜਨਾ ਹਾਂਜੀ, ਅਤੇ ਲੋਕਾਂ ਨੂੰ ਜਿਹੜਾ ਨਸ਼ਾ ਮੁਕਤ ਵੀ ਕਰਨਾ ਹਾਂਜੀ।
ਜਿੱਥੇ ਆਪਾਂ ਚੰਗੇ ਡਰਿੰਕ ਪੀਵਾਂਗੇ, ਅਸੀਂ ਨਸ਼ਿਆਂ ਤੋਂ ਦੂਰ ਹੋਵਾਂਗੇ, ਸਾਡੀ ਸਿਹਤ ਅਤੇ ਜਵਾਨੀ ਜਿਹੜੀ ਆ ਉਹ ਦੋਨੇ ਕਾਇਮ ਰਹਿਣਗੇ, ਦੋਨੇ ਕਾਇਮ ਰਹਿਣ। ਹਾਂਜੀ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਪਰ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਉਹ ਵੀ ਨਾਲ ਕੰਮ ਕਰ ਰਹੇ ਨੇ, ਔਰ ਇਹ ਇੱਕ ਐਨਰਜੀ ਡਰਿੰਕ ਦੇ ਤੌਰ 'ਤੇ ਮੰਨਿਆ ਗਿਆ ਕਿ ਐਨਰਜੀ ਡਰਿੰਕ ਹੈ, ਤਾਂ ਇਸ ਦੇ ਵਿੱਚ ਪਹਿਲਾਂ ਤਾਂ ਜਿਹੜਾ ਜਿਹੜੀ ਦੇਸੀ ਸ਼ੱਕਰ ਪਾਈ ਜਾਂਦੀ ਹੈ, ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀ ਸ਼ਰਦਈ ਹੈ ਉਸ ਨੂੰ ਪਾਇਆ ਜਾਂਦਾ, ਔਰ ਕਿਹਾ ਜਾ ਰਿਹਾ ਕਿ ਇਸੇ ਦੇ ਨਾਲ ਜਿਹੜੀ ਸ਼ਰਦਈ ਹੈ ਇਹ ਸਾਰੇ ਜਿੰਨੇ ਵੀ ਵਸਤੂਆਂ ਹੈਗੀਆਂ ਨੇ, ਚਾਹੇ ਬਦਾਮ ਨੇ, ਚਾਹੇ ਕਾਜੂ ਨੇ, ਚਾਹੇ ਸੌਂਫ ਹੈ, ਇਹਨਾਂ ਨੂੰ ਪਾ ਕੇ ਇਸ ਨੂੰ ਰਗੜਾ ਲਗਾਇਆ ਜਾਂਦਾ, ਫਿਰ ਇਸ ਦੀ ਸ਼ਰਦਈ ਜਿਹੜੀ ਬਣਾਈ ਜਾਂਦੀ ਹੈ, ਤਾਂ ਲੋਕ ਵੀ ਜਿਹੜੇ ਨੇ ਇਸ ਨੂੰ ਪੀਣ ਆਉਂਦੇ ਨੇ, ਤਾਂ ਇੱਕ ਚੰਗਾ ਉਪਰਾਲਾ ਜ਼ਰੂਰ ਹੈ। ਪਰ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਨੇ ਉਹ ਦੂਰ ਹੁੰਦੀਆਂ ਨੇ, ਤਾਂ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਲੋਕ ਵੀ ਜਿਹੜੇ ਨੇ ਦੂਰੋਂ ਦੂਰੋਂ ਇਸ ਸ਼ਰਦਈ ਨੂੰ ਜਿਹੜਾ ਪੀਣ ਦੇ ਲਈ ਆ ਰਹੇ ਨੇ। ਗਰਮੀ ਦਾ ਮੌਸਮ ਹੈ, ਗਰਮੀ ਦੇ ਮੌਸਮ ਦੇ ਵਿੱਚ ਲੋਕ ਠੰਡੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਪਰ ਦੂਸਰੇ ਪਾਸੇ ਵੀ ਕਿਹਾ ਜਾ ਸਕਦਾ ਹੈ ਕਿ ਇੱਕ ਨਾਰਾ ਵੀ ਹੈ, ਆਹ ਦੇਖਿਆ ਜਾ ਸਕਦਾ ਬੋਰਡ ਦੇ ਉੱਤੇ ਕਿ ਨਸ਼ਾ ਮੁਕਤ ਪੰਜਾਬ ਦਾ ਨਾਰਾ ਲੈ ਕੇ ਚੱਲੇ ਨੇ, ਤਾਂ ਨੌਜਵਾਨ ਵੀ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰੇ ਸ਼ਰਦਈ ਪੀਤੀ ਹੈ, ਕਿਵੇਂ ਦਾ ਮਹਿਸੂਸ, ਕੀ ਲੱਗ ਰਿਹਾ ਜੀ? ਗਰਮੀ ਨਾਲ ਵਧੀਆ ਵੈ, ਗਰਮੀ ਦੇ ਮੌਸਮ 'ਚ ਪੀਣੀ ਵੀ ਚਾਹੀਦੀ ਹੈ। ਗੁਰਸਿੱਖ ਬੰਦਾ ਬਣਾ ਰਿਹਾ ਉਹਦੇ ਹੱਥ 'ਚ ਜ਼ਰੂਰ ਜੀ, ਇਹਦੇ ਕਰਕੇ ਮਤਲਬ ਕਿ ਗਰਮੀ ਦਾ ਘੱਟ ਵਾਸਤੇ ਹੈ, ਬਾਕੀ ਬਹੁਤ ਵਧੀਆ ਲੱਗਦੀ, ਪੀ ਕੇ ਠੰਡੀ ਹੈ। ਇੱਕ ਬਾਬਾ ਜੀ ਨਾਰਾ ਲੈ ਕੇ ਚੱਲੇ ਨੇ ਨਸ਼ਾ ਮੁਕਤ ਪੰਜਾਬ ਦਾ, ਕਹਿੰਦੇ ਕਿ ਟੇਸਟ ਹੀ ਇਹਦਾ ਵੱਖਰਾ। ਹਾਂਜੀ, ਇਹਦਾ ਟੇਸਟ ਵੀ ਵੱਖਰਾ, ਨਸ਼ਾ ਮੁਕਤ ਪੰਜਾਬ ਦਾ ਕਹਿ ਕੇ ਚੱਲੇ ਆ, ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ 'ਚ ਜੀ 100%। ਅਸੀਂ ਇਹੀ ਕਹਿੰਦੇ ਹਾਂ ਕਿ ਕਿਸੇ ਨੂੰ ਨਸ਼ਾ ਨਾ ਕਰਨ ਦੀਏ, ਤਾਂ ਇਹੀ ਚੀਜ਼ ਵਧੀਆ ਚੱਲੇ, ਅਤੇ ਪੰਜਾਬੀ ਮੁੰਡਾ ਆਪ ਗੇਮ 'ਚ ਚੱਲੇ, ਗੇਮਾਂ ਖੇਡੇ, ਔਰ 'ਚ ਚੱਲੇ, ਅਸੀਂ ਤਾਂ ਇਹੀ ਸਾਡੀ ਸੋਚ ਹੈ, ਇੱਦੀ ਚੱਲੇ। ਬਾਬਾ ਜੀ ਲੋਕ ਵੀ ਸ਼ਲਾਘਾ ਕਰ ਰਹੇ ਨੇ ਦੂਸਰੇ ਪਾਸੇ, ਕਹਿੰਦੇ ਚੰਗੀ ਚੀਜ਼ ਹੈ ਪੀਤੀ ਹੈ, ਤਾਂ ਇਹ ਤੁਸੀਂ ਜਿਹੜਾ ਮਕਸਦ ਲੈ ਕੇ ਚੱਲੇ ਹੋ, ਬਾਕੀ ਵੀ ਜਗ੍ਹਾ 'ਤੇ ਮੈਂ ਦੇਖਿਆ ਵੱਖ ਵੱਖ ਜਗ੍ਹਾ 'ਤੇ ਸ਼ਰਦਈ ਜਿਹੜੀ ਹੈ ਵੇਚੀ ਜਾ ਰਹੀ, ਪਰ ਤੁਸੀਂ ਇੱਕ ਵੱਖਰਾ ਕੰਸੈਪਟ, ਕਿੰਨੇ ਕੁ ਹੁਣ ਤੱਕ ਅਗਰ ਗੱਲ ਕਰੀਏ ਤਾਂ ਲੋਕ ਜਿਵੇਂ ਤੁਸੀਂ ਦੱਸ ਰਹੇ ਹੋ ਕਿ 40-50 ਲੋਕ ਤੁਹਾਡੇ ਕੋਲ ਰੋਜ਼ਾਨਾ ਆਉਂਦੇ ਨੇ, ਹਾਂਜੀ, ਅਤੇ ਕਿੰਨੇ ਕੁ ਲੋਕ ਜਿਹੜੇ ਨੇ ਹੋਰ ਤੁਹਾਡੇ ਕੋਲ ਆਉਂਦੇ ਨੇ? ਸਾਡੇ ਕੋਲ ਜੀ, ਸਾਨੂੰ ਤਕਰੀਬਨ ਸ਼ਰਦਾਈ ਦੀ ਸੇਵਾ ਕਰਦੇ ਹਾਂ ਕੋਈ 15 ਕੁ ਦਿਨ ਹੋਏ ਨੇ ਜੀ, ਅਤੇ ਸਾਡੇ ਕੋਲ 60-65 ਗਾਹਕ ਤਾਂ ਪੱਕੇ ਆ ਗਏ ਜੀ, ਜਿਹੜੇ ਕਿ ਆਪਣੀ ਹੈਲਥ ਦੇ ਇਫੈਕਟ ਸਾਨੂੰ ਦੱਸਦੇ ਆ। ਕੁਝ ਨੇ ਇਹ ਵੀ ਕਿਹਾ ਆ ਕਿ ਜਿਵੇਂ ਅਸੀਂ ਇਹਨੂੰ ਪੀਂਦੇ ਹਾਂ, ਅਤੇ ਬਾਬਾ ਜੀ ਅਸੀਂ ਜਾ ਕੇ 7 ਵਜੇ ਨਾ ਜਿਵੇਂ ਘਰ ਪਹੁੰਚੇ, 8 ਵਜੇ ਜਾ ਕੇ ਸਰੀਰ ਥੱਕਿਆ ਟੁੱਟਿਆ ਹੁੰਦਾ ਅਤੇ ਇੱਕਦਮ ਸੌਂ ਜਾਈਦਾ, ਪਰ ਜਦੋਂ ਦਾ ਤੁਹਾਡਾ ਜਿੱਦਣ ਪੀ ਕੇ ਜਾਈਦਾ ਨਾ, ਤਾਂ ਸਾਡਾ 10-11 ਵਜੇ ਤੱਕ ਹੈ ਦਿਲ ਦਿਮਾਗ ਕਾਇਮ ਰਹਿੰਦਾ ਆ ਪੂਰਾ, ਕਹਿੰਦੇ ਐਕਟਿਵ ਰਹਿੰਦਾ, ਅਤੇ ਸਾਰੇ ਕੰਮ ਅਸੀਂ ਆਪਣੇ ਹੋਰ ਵੀ ਇਹਨੂੰ ਪੀ ਕੇ ਕਰਦੇ ਹਾਂ। ਇੱਕ ਸਵਾਲ ਹੋਰ ਵੀ ਆ, ਬੱਚਿਆਂ ਨੂੰ ਨਾਲ ਲਗਾਇਆ ਹੋਇਆ, ਗੁਰਸਿੱਖ ਬੱਚੇ ਨੇ, ਹਾਂਜੀ, ਮਤਲਬ ਨਾਲ ਹੀ ਰਹਿੰਦੇ ਨੇ ਇਹ ਬੱਚੇ? ਕਦੇ ਕਦੇ ਆ ਜਾਂਦੇ ਸੀ ਨਾਲ, ਸਾਡੇ ਹੋਰ ਵੀ ਸਹਿਯੋਗੀ ਨੇ ਜਿਹੜੇ ਨਾਲ, ਛੁੱਟੀਆਂ ਨੇ ਹੁਣ, ਛੁੱਟੀਆਂ ਕਰਕੇ ਆ ਜਾਂਦੇ ਆ ਨਾਲ, ਅਤੇ ਇਸ ਕਰਕੇ ਥੋੜ੍ਹਾ ਇਹਨਾਂ ਦਾ ਵੀ ਸਹਿਯੋਗ ਹੋ ਜਾਂਦਾ ਸੀ ਨਾਲ। ਪਿਤਾ ਜੀ ਸੰਕਲਪ ਲੈ ਕੇ ਚੱਲੇ ਨੇ ਕਿ ਗੁਰਸਿੱਖ ਜਿਹੜੇ ਬੱਚੇ ਹੈਗੇ ਨੇ 5-7 ਸਾਲ ਦੇ, ਜਿਹੜਾ ਆ ਕੇ ਇੱਥੇ ਪਾਠ ਸੁਣਾਊਗਾ ਉਹਨਾਂ ਨੂੰ ਫ੍ਰੀ ਦੇ ਵਿੱਚ ਜਿਹੜਾ ਲੰਗਰ ਦੇ ਰੂਪ ਦੇ ਵਿੱਚ ਸ਼ਰਦਈ ਪਿਆਈ ਜਾਊਗੀ। ਇਹ ਤਾਂ ਬਿਲਕੁਲ ਸਹੀ ਚੀਜ਼ ਹੈ ਜੀ, ਬੱਚਿਆਂ ਨੂੰ ਨਾਲ ਜੋੜਨਾ, ਗੁਰਮੁਖ ਬਣਾਉਣਾ, ਅਤੇ ਹੋਰ ਹੈਲਥ ਬਾਰੇ ਵੀ ਬੱਚਿਆਂ ਦਾ ਜਾਗਰੂਕ ਕਰਨਾ, ਅਤੇ ਬਾਕੀ ਸ਼ਰਦਾਈ ਜੋ ਹੈ ਉਹ ਆਪਣੇ ਆਪ 'ਚ ਕਾਫੀ ਹੈਲਥ ਬੈਨੀਫਿਟ ਵਾਲੀ ਚੀਜ਼ ਹੈ, ਅਤੇ ਬਾਕੀ ਜੋ ਬੱਚੇ ਹੋਰ ਚੀਜ਼ਾਂ ਗੰਦੀਆਂ ਮੰਦੀਆਂ ਖਾਂਦੇ ਰਹਿੰਦੇ ਬਾਹਰੋਂ, ਫਾਸਟ ਫੂਡ ਹੋ ਗਿਆ ਦੁਕਾਨਾਂ 'ਤੇ, ਉਹ ਜਿਹੜਾ ਸਾਰਾ ਵਿਦੇਸ਼ੀ ਆਊਟਲੈਟਸ ਵਗੈਰਾ ਨੂੰ ਜਾਂਦਾ ਪੈਸਾ, ਇੱਥੇ ਆਪਣੇ ਦੇਸ਼ ਦੇ ਲੋਕਾਂ ਦੀ ਮਦਦ ਕੀਤੀ ਜਾਵੇ, ਅਤੇ ਦੇਸ਼ ਦੇ ਲੋਕਾਂ ਦੇਸ਼ ਵਿੱਚ ਹੀ ਪੈਸਾ ਰਹੇ, ਅਤੇ ਬਾਕੀ ਜਿਹੜਾ ਹੋਰ ਹੈ ਆਪਣਾ ਪਾਠ ਵਗੈਰਾ ਦਾ, ਅਤੇ ਪਾਠ ਜਿਹੜਾ ਹੈ ਉਹ ਸੁਣਾ ਕੇ ਜਾਣ, ਅਤੇ ਬੱਚਿਆਂ ਨੂੰ ਮੁਫਤ ਵਿੱਚ ਫ੍ਰੀ ਚ ਦਿੱਤੀ ਜਾਵੇਗੀ, ਪਿਆਰ ਦੇਣਾ। ਸੋ ਸਾਫ਼ ਤੌਰ 'ਤੇ ਜਿਹੜੀ ਸ਼ਰਦਈ ਹੈ
ਅਗਰ ਜਿਹੜਾ ਬੱਚਾ ਪਾਠ ਸੁਣਾਊਗਾ 5 ਤੋਂ 7 ਸਾਲ ਦਾ ਬੱਚਾ ਉਸਨੂੰ ਫ੍ਰੀ ਪਿਆਈ ਜਾਵੇਗੀ। ਇੱਕ ਨਸ਼ਾ ਮੁਕਤ ਪੰਜਾਬ ਦਾ ਨਾਰਾ ਲੈ ਕੇ ਚੱਲੇ ਨੇ ਲੁਧਿਆਣਾ ਦੀਆਂ ਸੜਕਾਂ ਦੇ ਉੱਤੇ। ਸ਼ਰਦਈ ਜ਼ਰੂਰ ਜਿਹੜੀ ਬਣਾ ਕੇ ਵੇਚੀ ਜਾ ਰਹੀ ਹੈ, ਇੱਕ ਕਮਾਈ ਦਾ ਸਾਧਨ ਵੀ ਹੈ, ਦੂਸਰੇ ਪਾਸੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਵੀ ਕੱਢਣਾ ਅਤੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਇਸ ਜਿਹੜਾ ਸ਼ਰਦਈ ਦੇ ਨਾਲ ਜੋੜਨਾ, ਉਹਨਾਂ ਨੂੰ ਜਿਹੜੀ ਫ੍ਰੀ ਦੇ ਵਿੱਚ ਸ਼ਰਦਈ ਪਿਆਈ ਜਾ ਰਹੀ ਹੈ, ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜਾ ਸ਼ਰਦਈ ਨੂੰ ਜਿਹੜਾ ਤਿਆਰ ਕੀਤਾ ਜਾਣਾ ਉਹ ਵੀ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕਰਾਂਗੇ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18 ਪੰਜਾਬ।